ਉਹ ਜੇ ਸਾਈਕਲ ਨੂੰ ਪੰਚਰ ਲੱਗ ਜਾਵੇ ਫੇਰ ਨਜ਼ਾਰਾ ਫੁੱਲ ਆਵੇ, ਰਸ਼ੀਆ ਤੋਂ ਸਿੱਧਾ ਅਲਾਸਕਾ, ਜੀਤ ਕਨੇਡਾ ਬਾਈ ਰੋੜ ਆਵੇ। ਕਿਆ ਕਿਹਦਾ ਫੋਨ ਆ ਗਿਆ? ਹੈਲੋ, ਹਾਂਜੀ ਜੀਤ ਪੰਚਰ ਵਾਲਾ ਬੋਲਦਾ ਜੀ। ਮੁੰਡਾ ਬਾਹਰ ਭੇਜਣਾ? ਬੋਲੋ ਜੀ। ਕਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਥਾਈਲੈਂਡ, ਕਿਹੜੀ ਕੰਟਰੀ ਭੇਜਣਾ? ਕਨੇਡਾ? ਉਹ ਕੋਈ ਗੱਲ ਨਹੀਂ, ਭੇਜ ਦਾਂਗੇ ਜੀ, ਪਰ ਜਾਣਾ ਡੌਂਕੀ ਲਾ ਕੇ ਪਊਗਾ ਬਾਇ ਯੂਰਪ ਰਾਹੀਂ। ਉਹ ਮੈਂ ਪਹਿਲਾਂ ਬਥੇਰੇ ਬੰਦੇ ਭੇਜਿਆ, 25 ਬੰਦੇ ਭੇਜੇ ਤੇ 11 ਬੰਦੇ ਪਹੁੰਚ ਗਏ ਉੱਥੇ। ਬਾਕੀ ਉਹ ਤੁਹਾਡਾ ਮੁੰਡਾ ਭੇਜ ਦਾਂਗੇ ਜੀ, ਤੁਸੀਂ ਟੈਨਸ਼ਨ ਨਾ ਲਓ, ਦੁਕਾਨ 'ਤੇ ਆ ਕੇ ਮਿਲ ਲਿਓ ਮੈਨੂੰ, ਹੈ? ਠੀਕ ਆ ਜੀ, ਸਤਿ ਸ਼੍ਰੀ ਅਕਾਲ। ਮੈਂ ਛੌਰੀ ਮੰਗਣਾ ਆ। ਉਹ ਠੀਕ ਹੈ, ਸੌਰੀ ਤਾਂ ਠੀਕ ਹੈ, ਦੇਖ ਲੈ ਤੇਰੇ ਅਹੁਦੇ ਵਾਲੇ ਗੱਪ ਕਰਕੇ ਨਾ ਆਪਣੀ ਮੀਟਿੰਗ ਕੈਂਸਲ ਹੋ ਗਈ ਅਹੁਦੇ ਵਾਲੀ। ਯਾਰ ਮੇਰੀ ਗੱਲ ਸੁਣਤਾ ਆ, ਸਾਰੇ ਪਿੰਡ 'ਚ ਗੱਪਾਂ ਕਰਕੇ ਆਪਣੀ ਲੱਛੀ ਹੋਈ ਪਈ ਆ। ਆਪਾਂ ਸੌ ਖਾ ਲਾ ਵੀ ਅੱਜ ਤੋਂ ਬਾਅਦ ਗੱਪ ਨਹੀਂ ਬੋਲਣੇ, ਆਪਾਂ ਕੁੱਤੇ ਦੀ ਪੂਛ ਸਿੱਧੀ ਕਰਕੇ ਦਿਖਾਉਣੀ ਹੈ। ਉਹ ਭਾਨਿਆ, ਕਦੇ ਕੁੱਤੇ ਦੀ ਪੂਛ ਵੀ ਸਿੱਧੀ ਹੋਈ ਹੈ? ਉਹ ਤਾਇਆ, ਜਦੋਂ ਆਪਾਂ ਗੱਪ ਛੱਡਦੇ ਕੁੱਤੇ ਦੀ ਪੂਛ ਆਪੇ ਸਿੱਧੀ ਹੋ ਜਾਣੀ ਹੈ, ਸਾਰੇ ਪਿੰਡ ਵਾਲੇ ਕਹਿੰਦੇ ਵੀ ਇਹ ਗੱਪ ਨਹੀਂ ਛੱਡ ਸਕਦੇ। ਉਹ ਭਾਨਿਆ, ਮੇਰੀ ਗੱਲ ਸੁਣ ਲੈ, ਅੱਜ ਰਾਤ ਨੂੰ ਆਪਾਂ ਕੁੱਤਾ ਹੀ ਚੱਕ ਲਿਆਉਂਦੇ ਆਗੇ, ਉਹਦੀ ਪੂਛ ਹੀ ਵੱਢ ਦਿੰਦੇ ਆ, ਨਾ ਚੋਰ ਚੋਰੀ ਕਰੇ ਨਾ ਕੁੱਤੇ ਭੌਂਕਣ, ਜੱਬੀ ਨਿਬੇੜ ਦਿੰਦੇ। ਓਏ ਅਨਪੜ ਲੋਕਾਂ, ਮੁਹਾਵਰਾ ਪਿੰਡ ਵਾਲੇ ਕਹਿੰਦੇ ਆ ਵੀ ਜੇ ਭਾਨੇ ਤੇ ਜੀਤ ਨੇ ਗੱਪ ਛੱਡਤੇ ਤੇ ਕੁੱਤੇ ਦੀ ਪੂਛ ਸਿੱਧੀ ਹੋ ਜਾਊਗੀ। ਅੱਛਾ, ਆ ਗੱਪਾਂ ਕਰਕੇ ਤਾਂ ਸਹੀ ਗੱਲ ਹੈ, ਜ਼ਿੰਦਗੀ ਬਰਬਾਦ ਹੋਈ ਪਈ ਆ, ਇੱਕ ਆਹ ਨਸ਼ੇ ਤੇ ਇੱਕ ਆਹ ਗੱਪ ਬੰਦੇ ਨੂੰ ਬਰਬਾਦ ਕਰਕੇ ਰੱਖ ਦਿੰਦੇ। ਹੋਰ ਇਹਨਾਂ ਗੱਪਾਂ ਦੇ ਕਰਕੇ ਤਾਂ ਮੇਰੀ ਸਾਰੇ ਪਿੰਡ 'ਚ ਲੱਛੀ ਹੋ ਗਈ, ਹੋਰ ਤਾਂ ਹੋਰ ਮੇਰੇ ਤਾਂ ਜਵਾਕਾਂ ਨੂੰ ਕਿਸੇ ਨੇ ਰਿਸ਼ਤਾ ਵੀ ਨਹੀਂ ਕਰ ਲਿਆ, ਅਗਲਾ ਕਹਿੰਦਾ ਭਾਨਾ ਭਗੌੜਾ ਗੱਪ ਮਾਰ ਦੇ। ਦੇਖ 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 ਮੇਰਾ ਸਲਕੜਾ ਕਿਵੇਂ ਡਰਾਮੇ ਕਰਨ ਲੱਗਿਆ। ਓਏ ਹੁਣ 2 ਮਿੰਟ ਪਹਿਲਾਂ ਤਾਂ ਸੌਂ ਗਾ ਕੇ ਹਟਾ ਦੀ ਵੀ ਮੈਂ ਗੱਪ ਨਹੀਂ ਮਾਰਨੇ, ਆ ਤੇਰਾ ਤਾਂ ਵਿਆਹ ਵੀ ਨਹੀਂ ਹੋਇਆ, ਜਵਾਕ ਕਿੱਥੋਂ ਆ ਗਏ? ਓ ਮੈਂ ਤਾਂ ਇਹ ਗੱਪ ਹੀ ਇੰਨੇ ਬੋਲ ਬੈਠਾ, ਮੈਨੂੰ ਪਤਾ ਹੀ ਨਹੀਂ ਵੀ ਮੇਰਾ ਵਿਆਹ ਹੋਇਆ ਕਿ ਨਹੀਂ ਹੋਇਆ। ਪਰ ਗੱਲ ਸੁਣ ਲੈ, ਸੌਂ ਖਾ ਲਾ ਵੀ ਆਪਾਂ ਗੱਪ ਨਹੀਂ ਮਾਰਨੇ। ਓ ਤੇਰਾ ਮੈਨੂੰ ਪਤਾ ਨਹੀਂ ਵੀ ਤੂੰ ਛੱਡੇਗਾ ਕਿ ਨਹੀਂ ਛੱਡੇਗਾ, ਮੈਨੂੰ ਬਹੁਤ ਜ਼ਰੂਰੀ ਕੰਮ ਆ, ਮੈਂ ਚੱਲਿਆਂਗਾ। ਕਿੱਥੇ? ਓ ਯਾਰ ਮੇਰੀ ਮੀਟਿੰਗ ਆ, ਉਹ ਮੰਤਰੀ ਸਾਹਿਬ ਨਾਲ, ਉਹ ਕਹਿੰਦੇ ਵੀ ਹਰਿਆਣੇ ਵਾਲਿਆਂ ਨੂੰ ਪਾਣੀ ਦਈਏ ਕਿ ਨਾ ਦਈਏ। ਅੱਛਾ, ਉਹ ਤੇਰੀ ਮੀਟਿੰਗ ਦਾ ਮੈਨੂੰ ਯਾਦ ਆਇਆ, ਮੈਨੂੰ ਛੱਡਿਆ ਕਸ਼ਮੀਰ ਵਾਲਿਆਂ ਨੇ, ਉਹ ਕਹਿੰਦੇ ਵੀ ਕਸ਼ਮੀਰ ਆਪਾਂ ਪਾਕਿਸਤਾਨ ਨੂੰ ਦਈਏ ਕਿ ਨਾ ਦਈਏ। ਅਜੀਤ ਤੂੰ ਵੀ ਬੜਾ ਗੱਪ ਮਾਰਦਾ। ਸੇਮ ਟੂ ਯੂ।